ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਘਾ ਸਵਾਗਤ। ਅੱਜ ਦੀਆਂ ਬੜੀਆਂ ਔਰ ਖਾਸ ਖਬਰਾਂ ਲੇਕਰ ਥਾਰੇ ਪਰ ਪਹੁੰਚ ਲਿਆ। ਔਰ ਵੀਰ ਅੱਜ ਹੋ ਗਈ 8 ਤਰੀਕ, 8 ਤਰੀਕ ਦੀਆਂ ਬੜੀਆਂ ਖਬਰਾਂ ਦੇ ਵਿੱਚ ਮੈਂ ਕਿਹਾ ਲੇਟੈਸਟ ਅਪਡੇਟ ਜੋ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ। ਔਰ ਪਹਿਲੀ ਖਬਰ ਅਪਡੇਟ ਕੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਪੰਜਾਬ ਕੇ ਵਿੱਚ ਮੈਂ 2 ਲੱਖ ਬੰਦੇ ਕੇ ਟੀਕਾ ਲਾਣੇ ਕਾ ਮੈਂ ਟੀਚਾ ਨਿਰਧਾਰਿਤ ਕਰਿਆ, 2 ਲੱਖ ਬੰਦੇ ਕੇ ਟੀਕਾ ਲਗੇਗਾ ਹੀ ਲਗੇਗਾ। ਔਰ ਪੰਜਾਬ ਕੇ ਵਿੱਚ ਮੈਂ ਕੈਪਟਨ ਨੇ ਸਖਤੀ ਕਰਤੀ ਔਰ ਸਕੂਲ ਕਹਿਤੀ 30 ਅਪ੍ਰੈਲ ਤੱਕ ਪੁੱਠੇ ਜਿੰਦੇ ਲਾ ਦਿਓ ਸਕੂਲਾਂ ਨੂੰ। ਔਰ ਪਾਵਰ ਕੱਟ ਕੀ ਖਬਰ ਆ ਗਈ ਪੰਜਾਬ ਕੇ ਵਿੱਚ ਮੈਂ ਬੜਾ ਝਟਕਾ ਲੱਗਿਆ। ਇਸ ਵਾਰ ਕਹਿ ਵੀ ਲੰਬੇ ਲੰਬੇ ਬਿਜਲੀ ਕੇ ਕੱਟ ਵਜੇਗੇ ਕਾ ਹੋ ਜਾਓ ਤਿਆਰ। ਔਰ ਬੀਬੀਆਂ ਗੈਲ ਓਵਰਲੋਡ, ਰੋਡਵੇਜ਼ ਕੀ ਬੱਸ ਟਾਇਰ ਫਟਿਆ, 90 ਜਨਾਨੀਆਂ ਲੋਡ ਕਰਕੇ ਡਰਾਈਵਰ ਜਾ ਰਿਹਾ ਤਾਂ ਬੱਸ ਪਲਟਣੇ 'ਤੇ ਬਚ ਗਈ। ਔਰ ਸਰਕਾਰੀ ਬੱਸਾਂ ਨੂੰ ਹਵਾਈ ਜਹਾਜ਼ ਬਣਾ ਲਿਆ ਜਨਾਨੀਆਂ ਨੇ, ਯੋ ਜਨਾਨੀਆਂ ਕਾ ਹਾੜ ਬੱਸ ਅੱਡਿਆਂ ਵਿੱਚ ਆ ਗਿਆ ਵੀ ਜਨਾਨੀਆਂ ਪਤਾ ਨਹੀਂ ਵੀ ਕਿਹੜੇ ਕਿਹੜੇ ਰਿਸ਼ਤੇਦਾਰੀਆਂ ਜਿਹੜੀਆਂ ਕਦੇ ਮਿਲ ਨਹੀਂ ਗਈਆਂ ਉਹਨਾਂ ਨੂੰ ਮਿਲ ਤੁਰ ਰਹੀਆਂ, ਰਸ ਹੋ ਰਿਹਾ ਪੂਰਾ। ਔਰ ਕੈਪਟਨ ਨੇ ਪਾਬੰਦੀਆਂ ਕੀ ਲੰਘਣਾ ਕਰਨ ਵਾਲੇ ਪਾਸ ਸਖਤ ਐਕਸ਼ਨ ਕਰਨੇ ਕੇ ਦੇਸ਼ ਦੇ 'ਤੇ। ਅਕਾਲੀ ਆਮ ਆਦਮੀ ਪਾਰਟੀ ਦੇ ਰੈਲੀਆਂ ਦੇ ਬੜੇ ਦੁਖੀ ਤਾ ਕੈਪਟਨ, ਇਸ ਨਾਲ ਚਾਕਾ ਦੇਸ਼ ਕਰਦਾ ਕਾ ਵੀ ਇਕੱਠ ਕਰਕੇ ਦਿਖਾਓ ਫਿਰ ਦੱਸਾਂ ਤੁਹਾਨੂੰ ਵੀ ਇਕੱਠ ਹੋਵਾਂ ਤਾਂ ਹੋਵਾਂ ਕਿਆ। ਔਰ ਵੀਰ ਇਹ ਤੇ ਪਹਿਲਾਂ ਗਿਆ ਲਾਕਡਾਊਨ ਕੀ ਬਾਤ ਕਰਾਂ, ਤੁਹਾਨੂੰ ਮੈਂ ਦੱਸਾਂ ਵੀ ਸਰਕਾਰੀ ਬੱਸਾਂ ਨੂੰ ਬਣਾਇਆ ਜਹਾਜ਼, ਫਰੀ ਸਫ਼ਰ ਕਰਨ ਵਾਲੀ ਬੀਬੀਆਂ ਕਾ ਹਾੜ ਆ ਗਿਆ ਵੀਰ। ਪੰਜਾਬ ਰੋਡਵੇਜ਼ ਜੋ ਕਹਿ ਲਓ ਚਾਹੇ ਪੰਨ ਬੱਸ ਚਾਹੇ PRTC ਚਾਹੇ ਮਤਲਬ ਕਹਿ ਲਓ ਵੀ ਸਥਾਨਕ ਸਰਕਾਰਾਂ ਕੀ ਚਲਾਈਆਂ ਹੋਈਆਂ ਸਰਕਾਰੀ ਬੱਸਾਂ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਰਾਜਾ ਰੋਜ਼ ਰੌਲਾ ਪਾ ਰਿਹਾ ਕਾ ਵੀਰ, ਦੂਰ ਬੈਠੋ ਨੇੜੇ ਬੈਠੋ, ਯੋ ਕਰੋ ਉਹ ਕਰੋ। ਔਰ ਜਨਾਨੀਆਂ ਦੇਖ ਲਏ ਰੋਜ਼ ਸਵੇਰੇ ਨਾ ਧੋਗਾ ਤਿਆਰ ਹੋ ਕਾ ਵੀਰ ਬੱਸਾਂ ਵਾਂ ਚੜ ਜਾ ਈਬ ਤੋਂ ਬੱਸਾਂ ਵਾਂ ਯੋ ਕਹਿ ਲਓ ਗੋਲੀਆਂ ਟੋਫੀਆਂ ਵੇਚਣ ਵਾਲੇ ਵੀ ਹਟ ਕੇ ਚੜ੍ਹਨ 'ਤੇ ਈਬ ਲਪਿਸਟਿਕਾਂ ਪਾਊਡਰ ਬਿੰਦੀਆਂ ਸੁਰਖੀਆਂ ਇਤਰਾਂ ਸਮਾਨ ਵੇਚਣ ਵਾਲੇ ਬੱਸਾਂ ਵਾਂ ਚੜ੍ਹਨ ਲੱਗ ਗਏ ਵੀਰ, ਕਿਉਂਕਿ ਗੋਲੀਆਂ ਟੋਫੀਆਂ ਵਾਲਾ ਕੰਮ ਗਿਆ ਵੀਰ ਤੋਂ ਬੱਸ ਮਾ ਹੋ ਵਾਈ ਜਨਾਨੀਆਂ, ਫਿਰ ਇਸ ਕਰਕੇ ਜਨਾਨੀਆਂ ਵਾਲੇ ਪ੍ਰੋਡਕਟ ਜ਼ਿਆਦਾ ਵਿਕ ਰਹੇ ਬੱਸਾਂ ਵਾਂ। ਪਰ ਕਰੋਨਾ ਗਾਈਡਲਾਈਨ ਕੇ ਧੱਜੀਆਂ ਉੱਡਦੀਆਂ ਦੇਖੀਆਂ ਜਾ ਸਕਾ ਪੰਜਾਬ ਰੋਡਵੇਜ਼ ਦੀ ਬੱਸਾਂ ਦੇ ਵਿੱਚ ਮਾ। ਕਰੋਨਾ ਗਾਈਡਲਾਈਨ ਕੇ ਮੁਤਾਬਕ ਸਰਕਾਰੀ ਬੱਸ ਮਾ 40 ਲੋਕਾਂ ਦੇ ਬੈਠਣੇ ਦੀ ਜਗ੍ਹਾ ਹੋਵਾ, ਪਰ ਸਰਕਾਰੀ ਬੱਸ ਦੁੱਗਣੀਆਂ ਸਵਾਰੀਆਂ ਚੜ੍ਹਾਰੀ 90 ਦੇ ਕਰੀਬ ਜੋ ਕਹਿ ਲਓ ਵੀ ਲੋਕ ਅੰਮ੍ਰਿਤਸਰ ਕੇ ਸਰਕਾਰੀ ਬੱਸ ਜੋ ਇਸ ਵਾਰ ਸਵਾਰ ਹੁੰਦੇ ਦੇਖੇ ਗਏ। ਔਰ ਹਰ ਕਿਸੇ ਜਨਾਨੀ ਨੂੰ ਜੋ ਚੱਕਰ ਪੈ ਰਿਹਾ ਵੀ ਬਸ ਸਰਕਾਰੀ ਮਾ ਦੌੜ ਕਾ ਚੜ੍ਹ ਜਿਓ, ਹਰ ਕੋਈ ਚਾਹ ਵੀ ਆਪਣੀ ਮੰਜ਼ਿਲ ਵਾ ਫਰੀ ਪਹੁੰਚਿਆ। ਸਰਕਾਰੀ ਬੱਸ ਕੇ ਜਿਹੜੇ ਕਲਿੰਡਰ ਉਹ ਬਹੁਤ ਪਰੇਸ਼ਾਨ ਹੋ ਰਹੇ ਕਹਾ ਵੀ ਸਮਝ ਮਾ ਨਹੀਂ ਆਉਂਦੀ ਘਰਾਂ ਤੋਂ ਕਰਿਆ ਗਿਆ, 90 ਸਵਾਰੀਆਂ ਚੜ੍ਹਕਾ ਗਈਆਂ, ਟਿਕਟ ਕੱਟਣੀ ਇੱਕ ਨਹੀਂ ਨਾ ਕੱਟ ਸਕਾਂ ਕੰਡਕਟਰ ਕਹਿ ਰਿਹਾ ਕਹਾ, ਉਹਨੂੰ ਵੀ ਡਰ ਹੋ ਰਿਹਾ ਵੀ ਤਾਂ ਕਰੋਨਾ ਹੀ ਨਾ ਹੋ ਜੇ, ਪੈਸੇ ਤੋਂ ਬਣਨੇ ਨਹੀਂ ਜੋ ਕਰੋਨਾ ਨਾ ਫਰੀ ਕੀ ਬਿਮਾਰੀ ਖਰੀਦ ਕਾ ਘਰਾਂ ਨੂੰ ਲੈ ਜਾਂ। ਔਰ ਉੱਧਰ ਮੰਗਲਵਾਰ ਨੂੰ ਕਰੋਨੇ ਦੇ 2,924 ਨਵੇਂ ਕੇਸ ਨਿਕਲ ਕੇ ਆਏ ਸੂਬੇ ਮਾਂ, 62 ਬੰਦੇ ਕਰਕੇ ਚੜ੍ਹਾਈ ਇਹ ਬਸ ਸੂਬੇ ਮਾਂ। ਕਰੋਨੇ ਦੇ ਜਿਹੜੇ ਮਾਮਲੇ ਰੋਜ਼ ਵੱਧ ਰਹੇ ਇਸ ਨੂੰ ਦੇਖ ਕੇ ਡਾਕਟਰ ਹਰਸ ਵਰਧਨ ਦਾ ਵੀ ਬਿਆਨ ਆ ਗਿਆ, ਔਰ ਵਾਹ ਕਹਿ ਰਿਹਾ ਪੰਜਾਬ ਮਾਂ ਕੋਵਿਡ ਦੇ ਕੇਸ 90% UK 'ਤੇ ਆ ਰਹੇ, ਜਿਹੜੇ UK ਰਾਹ ਇੰਗਲੈਂਡ ਵਾਲੇ ਉੱਥੋਂ ਆ ਰਹੇ ਭਰ ਭਰ ਕੇ ਅੰਮ੍ਰਿਤਸਰ ਨੂੰ ਜਹਾਜ਼। ਔਰ ਵੀਰ ਉਹ ਕਹਿ ਲਓ ਵੀ ਇਸ ਖਬਰ ਕੇ ਗੈਲ ਜੁੜਦੀ ਖਬਰ ਤੁਹਾਨੂੰ ਪੱਟੀ ਲੈ ਚਲਾਂ, ਪੱਟੀ ਬੱਸ ਅੱਡੇ ਦੇ ਪੱਟੀ ਡਿੱਪੂ ਕੀ ਬੱਸ ਸਵੇਰੇ 8:10 ਬਾਅਦ ਚਲੀ, ਡਰਾਈਵਰ ਇਸਪਾ ਬਰਿੰਦਰ ਬੱਬੂ, ਬੱਬੂ ਨੇ ਬੱਸ ਕਰੀ ਸਟਾਰਟ। ਔਰ ਬੱਸ ਕਾ ਨੰਬਰ PV 46 MN99 ਪੱਟੀ ਅਤੇ ਅੰਮ੍ਰਿਤਸਰ ਨੂੰ ਜਾਣ ਵਾਸਤੇ ਤਿਆਰ ਤੀ ਬੱਸ, ਜਨਾਨੀਆਂ ਕਾ ਹਾੜ ਆ ਗਿਆ ਪਤਾ ਨਹੀਂ ਕਿੱਥੇ ਤੇ, ਜਨਾਨੀਆਂ ਚੜ ਗਈਆਂ ਵੀਰੇ ਤਾਂ ਜ਼ੋਰ ਨਹੀਂ ਚੜ੍ਹਦਾ ਜਨਾਨੀਆਂ 'ਚ, ਛੱਤਾਂ ਵਾ ਚੜ੍ਹ ਜਾ ਵੀਰ, ਓਵਰਲੋਡ ਹੋ ਗਈ ਬੱਸ ਵੀਰ। ਆਰ ਬੱਸ ਜੋ ਕਹਿ ਲਓ ਵੀ ਬੱਸ ਜੋ ਜੰਡੋਕੇ ਕੋਲ ਜਾ ਕੇ ਨਾ ਬੱਸ ਜੋ ਡਰਾਈਵਰ ਸਾਈਡ ਵਾਲਾ ਟਾਇਰ ਫਟ ਗਿਆ ਬੱਸ ਦਾ, ਇਹੋ ਤਾਂ ਕੱਲ੍ਹ ਬੱਬੂ ਕੀ ਸਿਆਰੀ, ਬੱਬੂ ਦਾ ਧਿਆਨ ਸੜਕ ਪਰ ਤਾਂ, ਬੱਬੂ ਕੀ ਗੱਡੀ ਵੀ ਹੌਲੀ ਤੀ, ਬੱਸ ਕੰਟਰੋਲ ਕਰ ਗਿਆ ਬਰਿੰਦਰ ਬੱਬੂ ਕਲਿੰਡਰ ਸਤਨਾਮ, ਇਹੋ ਡਰ ਗਿਆ ਵੀਰ। ਔਰ ਫਿਰ ਇਹੋ ਕਹਿ ਰਿਹਾ ਵੀ ਬੀਬੀਆਂ ਨੂੰ ਜਿਹੜਾ ਫਰੀ ਸਰਵਿਸ ਦਈ ਇਸ ਕਰਕੇ ਕਹਾ ਬੀਬੀਆਂ ਆਏ ਇਤਨੀਆਂ ਗਈਆਂ ਕਿਆ ਕਰਾਂ, ਰੋਜ਼ ਕਾ ਜੋ ਹੀ ਕੰਮ ਹੋ ਰਿਹਾ ਓਵਰਲੋਡ ਜਾ ਰਹੀਆਂ ਬੱਸਾਂ ਕਾ। ਪ੍ਰਾਈਵੇਟ ਵਾਲੇ ਤੋਂ ਕਹਾ ਵੀ ਉੱਥੇ ਕਿਰਾਇਆ ਲੱਗਾ, ਪ੍ਰਾਈਵੇਟ ਵਾਂ ਜਨਾਨੀਆਂ ਚੜ੍ਹਦੀਆਂ ਨਹੀਂ, ਸਰਕਾਰੀ ਬੱਸ ਮਾ ਚੜ੍ਹਾਂ, ਇਸ ਕਰਕੇ ਵੀਰ ਕਹਿ ਵੀ ਉਹ ਕੰਮ ਅੱਜ ਹੋ ਗਿਆ, ਆ ਟਾਇਰ ਫਟ ਗਿਆ ਜੋ ਕਹਿ ਲਓ ਵੀਰ, ਜੇ ਪਲਟ ਜਾਂਦੀ ਅੱਜ ਕਈਆਂ ਨੂੰ ਲੱਗ ਜਾਂਦਾ ਪਤਾ ਵੀ ਫਰੀ ਬੱਸ ਮਾ ਸਫ਼ਰ ਕਰਨੇ ਕਾ ਸਵਾਦ ਕਿਆ ਹੋਵਾ।
ਇਹ ਤੋਂ ਬੰਦੇ ਵੀ ਕਹਿੰਦਾ ਵੀ ਮੈਂ ਤੋ ਜਾਣਾ ਨਹੀਂ, ਚੱਲ ਤੋਂ ਇਹ ਜਾਇਆ, ਜੇ ਉਹ ਫਲਾਣੀ ਮਰਗਤ ਹੋ ਗਈ ਤਾਂ ਜਾਇਆ, ਕਿਉਂਕਿ 100 ਕਾ ਤੇਲ ਲਗਾ ਅਗਲੇਗਾ, ਔਰ 100ਵਾਂ ਮੁੜ ਨਹੀਂ ਹੁੰਦਾ, ਘੱਟੋ ਘੱਟ 200 ਕਾ ਤੇਲ ਲਗਾ ਮੋਟਰਸਾਈਕਲ ਦੇ ਵਿੱਚ ਵੀ ਜੇ ਜਾਣਾ ਹੋਵਾ ਕਿਸੇ ਨੇ। ਇਹ ਵਾਲਾ ਜਨਾਨੀ ਨੂੰ ਭੇਜਦਾ ਰੁਪਈਆ ਇੱਕ ਨਹੀਂ ਲੱਗਣਾ, ਹੈਂ ਔਰ ਇਸੀ ਕਰਕੇ ਜੋ ਕਹਿ ਲਓ ਵੀਰ ਬਹੁਤ ਕੰਮ ਖਰਾਬ ਹੋ ਰਿਹਾ। ਔਰ ਉੱਧਰ ਵੀਰ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਤਿਆ, ਕਹਾ ਵੀਰ 30 ਤਰੀਕ ਤੱਕ ਕਰ ਦਿਓ ਸਕੂਲ ਬੰਦ, ਪੁੱਠੇ ਜਿੰਦੇ ਲਾ ਦਿਓ। ਸਕੂਲਾਂ ਵਾਲੇ ਕਹਿ ਰਹੇ ਕਹਾ 10 ਤਰੀਕ ਨੂੰ ਖੋਲ੍ਹ ਦੇਂਗੇ ਸਕੂਲ, ਕਹਾ ਕਰ ਲਿਓ ਜੋ ਕਰਨਾ। ਇਵਰਾਜਾ ਕਹਿ ਰਿਹਾ 30 ਤੱਕ ਤੋਂ ਵੜਨਾ ਹੀ ਨਹੀਂ ਕਿਸੇ ਨੇ ਸਕੂਲ ਮਾ। ਕਰਫਿਊ ਲਾ ਤਿਆ ਪੂਰੇ ਪੰਜਾਬ ਦੇ ਵਿੱਚ, ਨਾਈਟ ਕਰਫਿਊ, ਰਾਤ ਕਾ 9 ਵਜੇ ਕਰਫਿਊ ਸ਼ੁਰੂ ਹੋ ਜਾ, ਸਵੇਰੇ 5 ਵਜੇ ਤੱਕ ਪਹਿਲਾਂ 12 ਸੂਬਿਆਂ ਦਾ ਜੋ ਜ਼ਿਲ੍ਹਿਆਂ ਵਾ, ਇਹ ਵੀਰ ਕਹਾ ਸਾਰੇ ਪੰਜਾਬ ਮਾ ਲਾ ਦਿਓ। ਔਰ ਮੜੀਆਂ ਦੇ ਵਿੱਚ ਮਾ ਜਾਣਾ ਕਿਸੇ ਨੇ, ਔਰ ਖੁੱਲ੍ਹੇ ਜੋ ਕਹਾ ਵਿਆਹ ਜਨਮ ਜਾਣਾ ਕਿਸੇ ਨੇ, ਉੱਥਾ ਬੰਦੇ ਘਟਾ ਤੇ 50 ਬੰਦੇ ਕਰਤੇ ਜਨਮ, ਔਰ 100 ਬੰਦਾ ਕਰਤਿਆ ਉੱਥਾ ਵੀ ਉਹ ਖੁੱਲ੍ਹੀ ਜਗ੍ਹਾ ਪਰ ਕਰੇਂਗੇ ਵਿਆਹ ਕਾ ਪ੍ਰੋਗਰਾਮ, ਟੈਂਟ ਤੰਬੂ ਲਾ ਕਾ। ਆਹ ਦਫ਼ਤਰ ਮਾ ਸਾਰੇ ਸਰਕਾਰੀ ਕਰਮਚਾਰੀ ਕਾ ਮਾਸਕ ਪਾ ਕੇ ਆਓ ਤਾਜ਼ਾ, ਅਤੇ ਸਕੂਲ ਕਾਲਜ ਕਰਤੇ ਬੰਦ, 23 ਅਪ੍ਰੈਲ ਤੱਕ ਬੰਦ ਰੱਖੋ। ਇਸ ਤੋਂ ਇਲਾਵਾ ਦੁਕਾਨਾਂ ਵਾ ਇਹ ਮੋਲਸ ਕੇ ਵਿੱਚ ਮਾ ਦੇਸ਼ ਜਾਰੀ ਕਰਤੇ ਵੀ, ਇਹ ਕਹਾ ਵੀ ਦੁਕਾਨ ਮਾ ਇੱਕ ਟਾਈਮ 10 ਲੋਕਾਂ ਦੇ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ, 100 ਬੰਦਿਆਂ ਨੂੰ ਮਨਜ਼ੂਰੀ ਨਹੀਂ ਦੇ ਸਕਦੇ ਥੰਮ ਵੀ ਉਹ ਅੰਦਰ ਵੜ ਜਾਏਗੇ ਉੱਥਾ ਮੋਲ ਦੇ ਵਿੱਚ। ਔਰ ਉੱਧਰ ਰਾਜੇ ਨੇ ਐਲਾਨ ਕਰਤਿਆ, ਇਹ ਕਹਿ ਲਓ ਵੀ ਕੈਪਟਨ ਕੀ ਇਹ ਮਤਲਬ ਵੱਡੀ ਮੁਸ਼ਕਿਲ ਸੀ ਇਹ ਆਮ ਆਦਮੀ ਪਾਰਟੀ ਵਾਲੇ, ਔਰ ਇਹ ਬਾਪੂ ਪ੍ਰਕਾਸ਼ ਬਾਦਲ ਕਾ ਇਹ ਛੋਕਰਾ ਮਨ ਸੁਖਬੀਰ ਬਾਦਲ, ਇਹ ਰੋਜ਼ ਰੈਲੀ ਕਰ ਰਿਹਾ, ਰੋਜ਼ ਇੱਕ ਉਮੀਦਵਾਰ ਐਲਾਨ ਕਰ ਰਿਹਾ। ਔਰ ਜਦ ਦੇਖਿਆ ਰਾਜੇ ਨੇ, ਲੋਕ ਤੋਂ ਕਹਿ ਰਹੇ ਕਹਾ ਵੀ ਉਹ ਰੈਲੀਆਂ ਮੈਂ ਤੋਂ ਆਉਂਦਾ ਨਹੀਂ, ਕਰੋਨਾ ਸਕੂਲਾਂ ਮੈਂ ਕਰੋਨਾ ਵੱਢ ਰਿਹਾ, ਪਰ ਰਾਜੇ ਨੂੰ ਵੀ ਸੋਚਣਾ ਪੈ ਗਿਆ ਵੀਰ। ਇਹ ਵੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਰੈਲੀਆਂ 'ਤੇ ਕਾਫੀ ਖਫਾ ਹੋ ਗਿਆ, ਇਹ 30 ਅਪ੍ਰੈਲ ਤੱਕ ਰਾਜਾ ਕਹਿ ਰਿਹਾ ਕੱਖ ਕਰੋ, ਤੰਬੂ ਗਨਾਤ ਇਲਾਕਾ ਦਿਖਾਓ, ਪਾਬੰਦੀ ਲਾ ਤੀ, ਕਹਾ ਬੜੋ ਗਿੜਾ ਬੜਾ ਉੱਥਾ, ਅਫਸਰਾਂ ਨੂੰ ਕਹਿ ਦਿਆ ਵੀ ਕਿਸੇ ਨੂੰ ਕਹਾ ਕੋਈ ਆਰਡਰ ਦੇਣ ਦੀ ਲੋੜ ਨਹੀਂ, ਡੀ ਸੀ ਨੂੰ ਕਹਿਤਾ ਮਹਾਂਮਾਰੀ ਐਕਟ ਕੇ ਤਹਿਤ ਮੁਕੱਦਮਾ ਦਰਜ ਕਰੋ, ਜਿਹੜਾ ਰੈਲੀ ਕਰਾ ਚੱਕਾ ਦਿਓ ਅੰਦਰ ਇਹਨੂੰ। ਔਰ ਰਾਜੇ ਨੇ ਕਹਿ ਦਿਆ ਕਹਾ ਸਿਆਸੀ ਇਕੱਠ ਪਾਬੰਦੀ, ਔਰ ਜਿਹੜਾ ਇਸ ਨੂੰ ਹੁਕਮ ਦੇਵੇਗਾ ਮਜਬੂਰ ਕਰੇਗਾ ਬਸ, ਕਾ ਰਾਜਨੀਤਿਕ ਪਾਰਟੀਆਂ ਸਮਾਜਿਕ ਜੋ ਜਿਹੜੇ ਇਕੱਠ ਕਰਨ ਦੇ ਗਰੇਜ ਕਰੇ ਹੈ, ਮੈਂ ਬੜੇ ਦਿਨਾਂ ਕਰ ਰਿਹਾ ਤਾਂ ਵੀ ਹਟ ਜਾਓ ਮੰਨ ਦੇਂਦੇ, ਕਹਾ ਫਿਰ ਕਰਾਉਣਾ ਪਿਆ ਫਿਰ ਇਹ ਕੰਮ, ਨਜ਼ਰ ਅੰਦਾਜ਼ ਕਰ ਰਹੇ ਕਹਾ ਕੋਈ ਬੰਦੇ ਵਾਲੀ ਬਾਤ ਥੋੜ੍ਹੀ ਬਣਾ। ਔਰ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ ਮਾ ਸੂਬੇ ਕੇ ਅੰਦਰ ਇਹ ਕੋਈ ਰੈਲੀ ਜਨਤਕ ਪ੍ਰੋਗਰਾਮ ਨਹੀਂ ਰੱਖਿਆ, ਇਹ ਦਿੱਲੀ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਇਹ ਕੜੀ ਸਿਆਸੀ ਰੈਲੀਆਂ ਕਰ ਗਿਆ। ਔਰ ਇਸ ਕਰਕੇ ਯੁਵ ਰਾਜਾ ਕਿਆ ਕਰੇ, ਆਪ ਤੋਂ ਰੈਲੀ ਵਿਚਾਰਾ ਕਰਨ ਜੋਗਾ ਹੈ ਨਹੀਂ, ਆਪ ਕਰੇਗਾ ਲੋਕ ਕਹਿੰਗੇ ਵੀ ਤਾਂ ਤੋਂ ਰੈਲੀਆਂ ਕਰ ਰਹੇ, ਪਹਿਲਾਂ ਤਾਂ ਪੋਤੀ ਦਾ ਵਿਆਹ ਨਹੀਂ ਹਟਦੇ ਤੱਕ ਲੋਕ ਵਾਹੀ ਬਾਤ ਨੂੰ ਕੱਢ ਕੱਢ ਕੇ ਅੱਗੇ ਆਏ, ਪੋਤੀ ਕੇ ਵਿਆਹ ਵਾ ਕਰੋਨਾ ਨਹੀਂ ਤਾਂ ਮਾਰੇ ਵਿਆਹ ਮਾ ਕਰੋਨਾ ਆ ਗਿਆ, ਇਹ ਵੀ ਰਾਜੇ ਨੂੰ ਇਹ ਸੁਣਨਾ ਪੈ ਰਿਹਾ ਤਾ। ਇਸੀ ਕਰਕੇ ਰਾਜੇ ਨੇ ਆਰਡਰ ਕਰਤਾ ਕਹਾ ਵੀਰ ਰੈਲੀ ਰੂਲੀ ਕਿਸੇ ਨੇ ਨਹੀਂ ਕਰਨੀ, ਮੇਰੀ ਸੁਣ ਲਿਓ ਕੰਨ ਖੋਲ੍ਹ ਗਾ ਬਾਤ, ਕੱਲ੍ਹ ਨੂੰ ਫਿਰ ਕਹਿੰਦੇ ਦੱਸਿਆ ਨਹੀਂ, ਮਹਾਂਮਾਰੀ ਐਕਟ ਕੇ ਤਹਿਤ ਕਰਿਆ ਪਰਚਾ ਦਰਜ, ਚੱਕਾ ਦੇਂਗੇ ਅੰਦਰ ਫਿਰ ਕਿਆ ਫਾਇਦਾ। ਔਰ ਇਸੀ ਕਰਕੇ ਵੀਰ ਇਹ ਕੋਈ ਪੰਜਾਬ ਮਾ ਰੈਲੀ ਨਹੀਂ ਆਉਂਦੀ, ਇਹੋ ਜਿਸ ਤਰ੍ਹਾਂ ਇਹੋ ਸੁਖਬੀਰ ਬਾਦਲ ਕਰ ਰਿਹਾ ਤਾਂ ਮੰਗ ਦਾ ਹਿਸਾਬ ਇਹੋ ਹਿਸਾਬ ਸੂਬ ਜਿਹਾ ਕਰਤਿਆ ਸਾਹਿਬ ਬਰਾਬਰ ਕਰਤਾ ਸਾਹਿਬ ਰਾਜੇ ਨੇ, ਹਿਸਾਬ ਸੂਬ ਬਾਅਦ ਮੈਂ ਦੇਖੇਗੇ, ਪਹਿਲਾਂ ਥੰਮ ਆਪਣਾ ਹਿਸਾਬ ਕਰੋ ਵੀ ਬੰਦੇ ਥਾਨਾ ਰੈਲੀਆਂ ਮੈਂ ਲੇਗਾ ਨਹੀਂ ਆਉਣੇ, ਮਹਾਰਾ ਸਾਹਿਬ ਤਾਂ ਉਦੋਂ ਬਾਅਦ ਮੈਂ ਚੱਲਦਾ ਰਹੇਗਾ। ਔਰ ਇਹੋ ਕਹਿ ਲਓ ਮੁੱਖ ਮੰਤਰੀ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿਆ ਵੀ ਸਿਆਸੀ ਆਗੂ ਪ੍ਰਬੰਧਕਾਂ ਰਾਜਨੀਤਿਕ ਇਕੱਠ ਦਾ ਹਿੱਸਾ ਲੈਣ ਵਾਲੇ ਲੋਕਾਂ ਦੇ ਵਿਰੁੱਧ DMA ਮਹਾਂਮਾਰੀ ਐਕਟ ਕੇ ਤਹਿਤ ਕੇਸ ਕਰੋ ਦਰਜ, ਟੈਂਟ ਹਾਊਸ ਕੇ ਮਾਲਕਾਂ ਨੂੰ ਕਹਿ ਦਿਆ ਜਿਹਨੇ ਉੱਥਾ ਟੈਂਟ ਲਾਇਆ ਚਾਕਾ ਦੇਂਗੇ ਅੰਦਰ, ਔਰ ਜਿਹੜੇ ਪੈਲਸ ਨੇ ਪੈਲਸ ਦੀਆ ਚਾਕਾ ਦੇਂਗੇ ਅੰਦਰ, ਜਿਹਨੇ ਪ੍ਰੋਗਰਾਮ ਕਰਾਇਆ ਉਸਨੂੰ ਚਾਕਾ ਦੇਂਗੇ ਅੰਦਰ, ਇਹੋ ਕਹਿ ਲਓ ਵੀ ਕੇਸ ਹੋਵੇਗਾ, ਗ੍ਰਿਫਤਾਰੀ ਹੋਵੇਗੀ, ਔਰ ਇਹੋ ਕਹਾ 3 ਮਹੀਨੇ ਵਾਸਤਾ ਉਸਕਾ ਜੋ ਟਿਕਾਣਾ ਜਿਹੜਾ ਸੀਲ ਕਰਕੇ ਰੱਖ ਦੇਂਗੇ, ਫਿਰ ਕੱਲ੍ਹ ਨੂੰ ਕਿਹਾ ਵੀ ਉਹ ਕਰਤਿਆ ਬੰਦ ਸਾਰਾ ਕੁਛ। ਔਰ ਇਹੋ ਕੱਲ ਸਖਤੀ ਹੋ ਗਈ ਪੰਜਾਬ ਦੇ ਵਿੱਚ ਮੈਂ ਇੱਕ ਵਾਰ ਫਿਰ, ਔਰ ਉੱਧਰ ਰਾਜਾ ਕਹਿ ਰਿਹਾ ਕਹਾ ਵੀ ਆਪਾਂ ਨੇ ਜੋ ਪ੍ਰਤੀ ਦਿਨ 2 ਲੱਖ ਬੰਦਿਆਂ ਦੇ ਲਾਣਾ ਪੂੜਿਆ ਵਾਂ ਟੀਕਾ, ਇਹੋ ਤਿਆਰੀ ਕਰ ਲਈ ਆ। ਰਾਜਾ ਕਹਿ ਰਿਹਾ ਲਾਓ ਟੀਕੇ, ਕਹਾ ਜਿਹੜਾ ਮਿਲਦਾ ਪਰ ਤੱਕ ਦਿਓ ਟੀਕਾ ਪੂੜੇ ਮਾਂ। ਔਰ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨਾਲ ਟੀਕਾਕਰਨ ਮੁਹਿੰਮ ਦੀ ਜਾਣਕਾਰੀ ਲਈ, ਕਹਾ ਵੀ ਟੀਕੇ ਲਾਓਗਾ ਤਾਂ ਹੀ ਸੂਤ ਆਵੇਗਾ ਕੰਮ। ਔਰ ਇਹ ਕਹਿ ਲਓ ਵੀ ਟੀਕਾਕਰਨ ਇਹ ਜਿਹੜਾ ਲਾਣਾ ਪ੍ਰਤੀ ਦਿਨ 2 ਲੱਖ ਮਰੀਜ਼ਾਂ ਦੇ ਟੀਕੇ ਲੈਣੇ ਦਾ ਹੁਕਮ ਕਰਤਿਆ ਵੀ ਜਿਤਨਾ ਮਰਜ਼ੀ ਕਰੋ ਟੀਕੇ ਲਾਓ, ਜਿਤਨੇ ਲੋਕਾਂ ਦੇ ਟੀਕੇ ਲੱਗੇ ਕਰੋਨਾ ਉਤਨਾ ਛੇਤੀ ਖਤਮ ਹੋਵੇਗਾ। ਔਰ ਇਹ 62 ਬੰਦੇ ਮਰ ਗਏ ਪੰਜਾਬ ਮਾ ਵੀਰ ਕਰੋਨੇ ਕਰਕੇ, ਇਸੀ ਕਰਕੇ ਰਾਜਾ ਕਹਿ ਰਿਹਾ ਕਹਾ ਵੀਰ ਬਹੁਤ ਚਿੰਤਾ ਹੋ ਰਹੀ, ਕਹਾ ਮੈਂ ਤਾਂ ਬਹੁਤ ਟੈਨਸ਼ਨ ਮਾਂ,
ਪਰ ਕਿਆ ਕਰਾਂ, ਟੀਕਾ ਲਵਾਉਣੇ ਪਵੇਗੇ, ਟੀਕੇ ਲਾ ਕੇ ਫਿਰ ਹੀ ਕੰਮ ਸੂਤ ਆਵੇਗਾ। ਆਰ ਵੀਰ ਇੱਕ ਮੈਂ ਤੁਹਾਨੂੰ ਹੋਰ ਇਸ 'ਤੇ ਪਹਿਲਾਂ ਗਾ ਆਪਾਂ ਅਗਲੀ ਖਬਰ ਕੇ ਪੱਛੇ ਲਾਂ ਜੋ ਕਹਿ ਲਓ ਵੀਰ ਇੱਕ ਖਬਰ ਸਾਰੇ ਗੱਲ ਆਪਾਂ ਜਿਹੜੀ ਟੈਲੀਫੋਨ ਪਾ ਅੱਗਾ ਸਾਂਝੀ ਕਰਾਂਗੇ। ਬੰਗਾਲ ਦੇ ਵਿੱਚ ਮੈਂ ਅਮਿਤ ਸ਼ਾਹ ਜੋ ਰਿਕਸ਼ਾ ਚੱਲ ਕੇ ਘਰਾਂ ਰੋਟੀ ਖਾਣ ਗਿਆ, ਹਾਵੜਾ ਦੇ ਵਿੱਚ ਮੈਂ ਕਰਿਆ ਬੜਾ ਰੈਲੀ ਦਾ ਸ਼ੋਅ ਕਰਿਆ, ਇਹੋ ਲੱਛਣ ਫੜ ਲਏ ਮਤਲਬ ਰੋਟੀ ਖਾਣੇ ਵਾਲੇ, ਜਿਸ ਤਰ੍ਹਾਂ ਉਹ ਸੋਨੀਆ ਗਾਂਧੀ ਦਾ ਛੋਕਰਾ ਖਾਇਆ ਕਰਦਾ ਬਰੇਲੀ ਮੈਂ, ਉੱਥਾ ਕਿਹੜਾ ਉੱਥਾ ਜਿਹੜੇ ਖੜ੍ਹੇ ਕਰਾਇਓ ਉਸਕੇ ਆਪਣੀ ਹੋਮ ਸੀਟ ਉਤਰਾਂ, ਇਹੋ ਜਿਦਰਾਂ ਦਿਲ ਕਰੇ ਕਰਦਾ ਕਦੇ ਝੌਂਪੜੀ ਮੈਂ ਸੌਂ ਗਿਆ ਜਾ ਕੇ ਕਿਸੀ ਕੀ, ਕਦੇ ਕਿਸੀ ਕਦੇ ਕਿਸੀ ਕੀ, ਇਸ ਤਰ੍ਹਾਂ ਅਮਿਤ ਸ਼ਾਹ ਇਹੋ ਇਸ ਨੇ ਇਹੋ ਕੰਮ ਫੜ ਲਿਆ ਅਮਿਤ ਸ਼ਾਹ ਨੇ। ਅਮਿਤ ਸ਼ਾਹ ਗਿਆ ਉੱਥਾ ਰਿਕਸ਼ਾ ਚੱਲ ਘਰਾਂ ਜਾ ਕੇ ਰੋਟੀ ਤਿਆਰ ਕਰਾਈ, ਗਾ ਵੀਰ ਮੈਂ ਥਾਰੇ ਘਰ ਰੋਟੀ ਖਾਣ ਆਇਆ, ਲੋਕ ਕਹਿ ਰਹੇ ਜੀ ਜੋ ਅਮੀਰ ਬੰਦੇ ਆਉਂਦੇ ਨਹੀਂ, ਕੱਲ੍ਹ ਲੈ ਦੱਸ ਕਮਾਲ ਕੀ ਬਾਤ ਕਰਤੀ, ਉੱਥਾ ਘਰਾਂ ਰੋਟੀ ਖਾਈ, ਰਿਕਸ਼ੇ ਵਾਲੇ ਗਏ, ਰਿਕਸ਼ਾ ਤੰਬੂ ਕਨਾਤ ਲਾਏ ਵਿਚਾਰੇ ਵਿਚਾਰੇ, ਥੋੜ੍ਹੇ ਬਹੁਤੇ ਜਿਹੜੇ ਚਾਦਰਾ ਚੂਦਰਾ ਲਾ ਕੇ ਸਬੂਤ ਕਰਿਆ ਕੰਮ, ਆਹ ਡੋਮਪੁਰ ਹਲਕੇ ਮੈਂ ਚੋਣ ਪ੍ਰਚਾਰ ਕਰਿਆ। ਬਸ ਵੀਰ ਤੁਹਾਨੂੰ ਪਤਾ ਹੀ ਆ ਆਸਾਮ ਦੇ ਵਿੱਚ ਮੈਂ ਇੱਕ ਜਗ੍ਹਾ 91 ਵੋਟਾਂ ਦੀਆਂ ਪਤਾ ਨਹੀਂ 191 ਪੈਤੀਆਂ, ਉੱਥਾ ਇਹੋ ਪਤਾ ਨਹੀਂ ਵੀ ਮਸ਼ੀਨ ਮੈਂ ਕੋਈ ਚੱਕਰ ਪੈ ਗਿਆ, ਪਤਾ ਨਹੀਂ ਕਿਹਾ ਬੰਦਿਆਂ ਮੈਂ ਚੱਕਰ ਪੈ ਗਿਆ, 5 ਬੰਦੇ ਸਸਪੈਂਡ ਕਰਤੇ, ਬੰਦਾ ਲੱਜਿਆ ਨਹੀਂ ਕਿਹੜਾ ਬੰਦਾ ਵੱਧ ਪਾ ਗਿਆ ਕਿਹੜਾ ਘੱਟ ਪਾ ਗਿਆ, ਮਤਲਬ ਇਹੋ ਕਹਿ ਲਓ ਵੀ ਰਿਕਸ਼ੇ ਵਾਲਿਆਂ ਘਰਾਂ ਰੋਟੀ ਖਾ ਰਹੇ, ਲੋਕ ਤੋਂ ਕਰ ਰਹੇ ਇਸ ਬਾਤ ਦੀਆਂ ਬਾਤਾਂ ਬਣਾ ਰਹੇ ਵੀ ਉਹ ਗਲਤ ਕੰਮ ਹੋ ਰਿਹਾ। ਇਸਕੇ ਉੱਪਰ ਆਪਾਂ ਸਾਰੇ ਗੱਲਬਾਤ ਕਰਾਂਗੇ, ਪਰ ਇਸ 'ਤੇ ਪਹਿਲਾਂ ਇੱਕ ਲਵਾਂਗੇ ਛੋਟੀ ਜਿਹੀ ਬ੍ਰੇਕ। ਬ੍ਰੇਕ 'ਤੇ ਬਾਅਦ ਲਗਾਤਾਰ ਕੰਟੀਨਿਊ ਇਸੀ ਤਰ੍ਹਾਂ ਸਾਰੇ ਗੱਲ ਪ੍ਰੋਗਰਾਮ ਚੱਲੇਗਾ, ਕਿਤੇ ਜਾਣਾ ਨਹੀਂ, ਇੱਕ ਲਿਆ ਛੋਟੀ ਜਿਹੀ ਬ੍ਰੇਕ।